प्यारे बच्चों, सत श्री अकाल। आज बेटा आपां लेख रचना बारे गल करांगे। लेख रचना दे अधीन असी संचार दे साधन लेख बारे पढ़न दी कोशिश करांगे। ता जदों असी लेख रचना करदे हैं ता उस समय सानू कई गल्लां जिहड़ियां ओह अपने मन दे विच बिल्कुल स्पष्ट कर लैणियां चाहीदियां ने, ता ही असी किसी भी विषय के उत्ते बहुत वधिया लेख लिख सकते हैं। क्योंकि कई बार सानू यों लगता है कि असी बहुत वधिया लेख लिखा सी, बड़ा लम्मा लेख लिखा सी, उहदे सानू बहुते नंबर नहीं मिले प्रीख्या दे विच, ता उहदे विच कोई ना कोई साडे पक्ष तो कमी रह जाती है जिहड़ी कि लेख पढ़न वाले ते उस तरह नाल प्रभाव नहीं पौण दिंदी जां नहीं पौंदी, ता उस कमी नूं असी दूर करन दा यतन करना है कि यह कमी है जिहड़ी क्यों रह गई, उस नूं परखण दी कोशिश करनी है ता जो असी अगां जा के किसी भी मामले दे विच पिछे ना रह जाइए। तो इहदे लई पहलां लेख बारे मैं तुहानूं दसदी हां कि लेख है जिहड़ा उह भी साहित दा एक रूप है, होर बहुत सारे साहित दे रूप है, तुहानू पता है जिवें कविता, नाटक, नावल, कहानी। तां इन्हां सारे साहित दे रूपां दे विच वक्खो वक्खरे तत्तां दी प्रधानता हुंदी है, जिवें कविता दे विच मन दे वलवले हुंदे है, नाटक दे विच नाटकिता हुंदी है, नावल जां कहानी है जिहड़ी उहदे विच कथा वस्तु प्रधान हुंदी है, पर वार्तक दा इह भाग है जिहड़ा लेख इहदे विच बुद्धि प्रधान हुंदी है, भाव यह बुद्धि की सहायता दे नाल, तर्क की सहायता दे नाल लिखिया जांदा है। तो बेटा जे असी किसी भी विषय के उत्ते कोई लेख लिखना है तो उहदे विच जरूरी है कि असी अपने विचारां नूं तरतीब देईए ते सुचजे ढंग दे नाल लिखिए, तां साडा लेख हमेशा ही बहुत प्रभावशाली होगा। ਤਾਂ ਲੇਖ ਬਾਰੇ ਕੁਝ ਕੁ ਗੱਲਾਂ ਹੈ ਜਿਹੜੀਆਂ ਉਹ ਤੁਸੀਂ ਧਿਆਨ 'ਚ ਰੱਖਣੀਆਂ ਕਿ ਅਸੀਂ ਲੇਖ ਦੇ ਆਰੰਭ ਦੇ ਵਿੱਚ ਵਿਸ਼ੇ ਬਾਰੇ ਜਾਣਕਾਰੀ ਦੇ ਦਿੰਦੇ ਹਾਂ, ਵਿਚਕਾਰ ਅਸੀਂ ਜਿਹੜਾ ਵਿਸ਼ਾ ਹੈ ਉਹਦੇ ਬਾਰੇ ਅਸੀਂ ਵੱਧ ਤੋਂ ਵੱਧ ਆਪਣੇ ਵਿਚਾਰ ਪੇਸ਼ ਕਰਦੇ ਹਾਂ, ਅਤੇ ਅੰਤਿਮ ਭਾਗ ਹੈ ਜਿਹੜਾ ਉਹਦੇ ਵਿੱਚ ਅਸੀਂ ਸਾਰ ਤੱਤ ਜਾਂ ਸਾਰ ਅੰਸ਼ ਹੈ ਜਿਹੜਾ ਉਹ ਪੇਸ਼ ਕਰਦੇ ਹਾਂ। ਤਾਂ ਇਹ ਹਰ ਇੱਕ ਭਾਗ ਹੈ ਜਿਹੜਾ ਉਹਦਾ ਆਪਣਾ ਮਹੱਤਵ ਹੈ, ਕਿਉਂਕਿ ਹਰ ਭਾਗ ਦੇ ਵਿੱਚ ਸਾਡੇ ਵਿਚਾਰ ਹੈ ਜਿਹੜੇ ਉਹਨਾਂ ਦੀ ਤਰਤੀਬ ਹੈ ਇੱਕ ਖਾਸ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਅਸੀਂ ਦਲੀਲਾਂ ਦੇ ਨਾਲ ਤੱਥ ਪੇਸ਼ ਕਰਨੇ ਹੈ, ਅਤੇ ਸਾਰੇ ਦੇ ਸਾਰੇ ਵਿਚਾਰ ਇੱਕ ਕੜੀ 'ਚ ਬੱਝੇ ਹੋਣੇ ਚਾਹੀਦੇ ਹੈ। ਅਖੀਰ 'ਤੇ ਅਸੀਂ ਆਪਣੇ ਵਿਚਾਰਾਂ ਨੂੰ ਟਿੱਪਣੀਆਂ ਦੇ ਨਾਲ ਪੇਸ਼ ਕਰਨਾ ਹੈ। ਤਾਂ ਲੇਖ ਰਚਨਾ ਕਰਨ ਤੋਂ ਪਹਿਲਾਂ ਹੀ ਅਸੀਂ ਉਹਦੀ ਰੂਪ ਰੇਖਾ ਬਣਾ ਲੈਣੀ ਹੈ, ਅਤੇ ਲੇਖ ਦੀ ਭਾਸ਼ਾ ਹਮੇਸ਼ਾ ਹੀ ਅਸੀਂ ਸਰਲ ਅਤੇ ਸਪਸ਼ਟ ਰੱਖਣੀ ਹੈ, ਵਿਸ਼ੇਸ਼ ਧਿਆਨ ਰੱਖਣਾ ਹੈ ਭਾਸ਼ਾ ਦੀ ਸ਼ੁੱਧਤਾ 'ਤੇ, ਭਾਸ਼ਾ ਸ਼ੁੱਧ ਹੋਣੀ ਚਾਹੀਦੀ ਹੈ। ਸਾਡਾ ਹਰ ਇੱਕ ਵਿਚਾਰ ਹੈ ਜਿਹੜਾ ਉਹ ਵੱਖਰੇ ਪੈਰੇ 'ਚ ਹੋਣਾ ਚਾਹੀਦਾ। ਜਦੋਂ ਅਸੀਂ ਮੱਧ ਭਾਗ ਦੀ ਗੱਲ ਕਰਦੇ ਹਾਂ ਨਾ ਕਿ ਇਹਦੇ ਵਿੱਚ ਅਸੀਂ ਵਿਚਾਰਾਂ ਦੀ ਪੇਸ਼ਕਾਰੀ ਕਰਨੀ ਹੈ, ਤਾਂ ਇੱਕ ਵਿਚਾਰ ਤਾਂ ਸਾਡਾ ਹੋਣਾ ਨਹੀਂ ਹੈ ਲੇਖ ਲਿਖਣ ਲੱਗੇ, ਵੱਖੋ ਵੱਖਰੇ ਤਰ੍ਹਾਂ ਦੇ ਵਿਚਾਰ ਹੁੰਦੇ ਹੈ, ਤਾਂ ਹਰ ਵਿਚਾਰ ਵੱਖਰੇ ਪੈਰੇ ਦੇ ਵਿੱਚ ਹੋਣਾ ਚਾਹੀਦਾ ਹੈ, ਅਤੇ ਉਹਦੀ ਵੀ ਤਰਤੀਬ ਨਿਸ਼ਚਿਤ ਹੋਣੀ ਚਾਹੀਦੀ ਹੈ ਕਿ ਕਿਹੜਾ ਵਿਚਾਰ ਅਸੀਂ ਕਿੱਥੇ ਲਿਖਣਾ ਹੈ। ਕੋਸ਼ਿਸ਼ ਕਰੋ ਕਿ ਛੋਟੇ ਛੋਟੇ ਵਾਕ ਲਿਖੋ। ਕਈ ਵਿਦਿਆਰਥੀ ਸਾਰਾ ਪੈਰਾ ਖਤਮ ਕਰ ਦਿੰਦੇ ਹੈ ਅਤੇ ਵਾਕ ਹੈ ਜਿਹੜਾ ਉਸਨੂੰ ਖਤਮ ਨਹੀਂ ਕਰਦੇ, ਭਾਵ ਕਿਤੇ ਵੀ ਠਹਿਰਾਵ ਨਹੀਂ ਆਉਂਦਾ, ਡੰਡੀ ਨਹੀਂ ਆਉਂਦੀ, ਤਾਂ ਏਡੇ ਏਡੇ ਅਸੀਂ ਪੈਰੇ ਜਿੱਡੇ ਜਿੱਡੇ ਵਾਕ ਲੇਖ ਦੇ ਵਿੱਚ ਨਹੀਂ ਬਣਾਉਣੇ। ਜਦੋਂ ਅਸੀਂ ਲੇਖ ਰਚਨਾ ਕਰਨੀ ਹੈ ਅਸੀਂ ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਕਰ ਸਕਦੇ ਹਾਂ, ਕੋਈ ਇਤਿਹਾਸਿਕ ਜਾਂ ਮਿਥਿਹਾਸਿਕ ਹਵਾਲਾ ਦੇ ਸਕਦੇ ਹਾਂ ਜਿਸ ਦੇ ਨਾਲ ਇਹ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦਾ। ਅਸੀਂ ਲੇਖ ਰਚਨਾ ਵਿੱਚ ਕਿਸੇ ਕਵਿਤਾ, ਗੀਤ ਜਾਂ ਗਜ਼ਲ ਦੀਆਂ ਸਤਰਾਂ ਵੀ ਦੇ ਸਕਦੇ ਹਾਂ, ਕਿਸੇ ਮਹਾਨ ਵਿਅਕਤੀ ਦੇ ਵਿਚਾਰਾਂ ਦੀ ਪੇਸ਼ਕਾਰੀ ਕਰਦੇ ਹੋਏ ਇਹਨਾਂ ਸਤਰਾਂ ਦਾ ਹਵਾਲਾ ਦੇ ਸਕਦੇ ਹਾਂ, ਜਿਸ ਦੇ ਨਾਲ ਲੇਖ ਰਚਨਾ ਬਹੁਤ ਹੀ ਮਹੱਤਵਪੂਰਨ ਬਣ ਜਾਂਦੀ ਹੈ। ਅਤੇ ਪਰ ਜਦੋਂ ਅਸੀਂ ਲੇਖ ਰਚਨਾ ਕਰਨੀ ਹੈ
उदों असीं शब्दां दी सीमा दा ध्यान रखना है। बेलोड़ा विस्थार है जिहड़ा ओह चंगा नहीं हुंदा ते ना ही बहुत ज़्यादा संखेपता होनी चाहीदी है, क्योंकि जदों असीं प्रीख्या दे विच लेख रचना करनी है तां उदों असीं इस लेख रचना दे लई किन्ने अंक निश्चित कीते गए है इस गल दा ध्यान भी जरूर रखना है। ਤਾਂ ਬੇਟਾ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਅਭਿਆਸ ਕਰਦੇ ਰਹੀਏ। ਤਾਂ ਹਫ਼ਤੇ ਦੇ ਵਿੱਚ ਘੱਟੋ ਘੱਟ ਇੱਕ ਲੇਖ ਹੈ ਜਿਹੜਾ ਉਹਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਉਹ ਲੇਖ ਨੂੰ ਅਸੀਂ ਯਾਦ ਕੀਤਾ ਹੋਵੇ, ਉਹਦੇ ਬਾਰੇ ਅਸੀਂ ਦੋ ਤਿੰਨ ਥਾਵਾਂ ਤੋਂ ਜਾਣਕਾਰੀ ਲੈ ਲਈ ਲਾਇਬ੍ਰੇਰੀ ਦੇ ਵਿੱਚ ਕਿਸੇ ਪੁਸਤਕ ਤੋਂ, ਅਖ਼ਬਾਰ ਤੋਂ, ਟੀਵੀ ਦੇ ਵਿੱਚ ਕੋਈ ਵਿੱਦਿਅਕ ਪ੍ਰੋਗਰਾਮ ਆ ਰਿਹਾ ਹੈ ਉਹਦੇ ਤੋਂ ਜਾਂ ਆਪਣੀ ਪਾਠ ਪੁਸਤਕ ਤੋਂ ਅਸੀਂ ਪੜ੍ਹ ਲਿਆ, ਸੁਣ ਲਿਆ, ਤਾਂ ਉਸ ਤੋਂ ਬਾਅਦ ਅਸੀਂ ਆਪਣੇ ਵਿਚਾਰ ਹੈ ਜਿਹੜੇ ਇੱਕ ਵਾਰ ਲਿਖ ਕੇ ਜ਼ਰੂਰ ਦੇਖਣੇ ਹੈ, ਲੇਖ ਰਚਨਾ ਕਰਕੇ ਦੇਖਣੀ ਹੈ। ਜੇ ਅਸੀਂ ਇਸ ਤਰ੍ਹਾਂ ਨਾਲ ਹਫ਼ਤੇ ਵਿੱਚ ਇੱਕ ਲੇਖ ਦਾ ਅਭਿਆਸ ਕਰਦੇ ਰਹੀਏ ਤਾਂ ਫਿਰ ਸਾਡੀ ਲੇਖ ਰਚਨਾ ਬਹੁਤ ਪ੍ਰਭਾਵਸ਼ਾਲੀ ਹੋਊਗੀ, ਉਹਦੇ ਨਾਲ ਸਾਡੇ ਵਿੱਚ ਸਵੈ ਵਿਸ਼ਵਾਸ ਵੀ ਵੱਧਦਾ ਹੈ। ਅਤੇ ਸਾਨੂੰ ਇਉਂ ਲੱਗਦਾ ਹੈ ਕਿ ਕੋਈ ਵੀ ਵਿਸ਼ੇ 'ਤੇ ਜੇ ਸਾਨੂੰ ਲੇਖ ਲਿਖਣਾ ਆ ਗਿਆ ਤਾਂ ਅਸੀਂ ਆਰਾਮ ਦੇ ਨਾਲ ਲਿਖ ਸਕਦੇ ਹਾਂ। ਪ੍ਰੀਖਿਆ ਦੇ ਵਿੱਚ ਆਮ ਤੌਰ 'ਤੇ 5-6 ਵਿਸ਼ੇ ਆਉਂਦੇ ਆ ਤੁਹਾਨੂੰ, ਜਿਨ੍ਹਾਂ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਲੇਖ ਲਿਖਣਾ ਹੁੰਦਾ, ਤਾਂ ਤੁਸੀਂ ਆਰਾਮ ਦੇ ਨਾਲ ਵਿਸ਼ੇ ਦੀ ਚੋਣ ਕਰਨੀ ਹੋਊਗੀ। ਉਹ ਵਿਸ਼ਾ ਚੁਣੋ ਜਿਹਦੇ ਨਾਲ ਸੰਬੰਧਿਤ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਜਾਣਕਾਰੀ ਹੈ। ਤਾਂ ਵਿਸ਼ੇ ਦੀ ਚੋਣ ਦੇ ਸਮੇਂ ਅਸੀਂ ਕਾਹਲ ਨਹੀਂ ਕਰਨੀ। ਵਿਸ਼ੇ ਦੀ ਚੋਣ ਕਰਨ ਤੋਂ ਬਾਅਦ ਅਸੀਂ ਉਹਦੀ ਆਪਣੇ ਮਨ ਦੇ ਵਿੱਚ ਰੂਪ ਰੇਖਾ ਤਿਆਰ ਕਰ ਲੈਣੀ ਹੈ। ਤਾਂ ਉਹਨੂੰ ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਹੈ 3 ਹਿੱਸਿਆਂ ਦੇ ਵਿੱਚ ਵੰਡ ਲੈਣਾ ਹੈ। ਉਹਦੇ ਆਰੰਭਿਕ ਭਾਗ ਹੋ ਗਿਆ, ਉਹਦਾ ਮੱਧ ਭਾਗ ਹੋ ਗਿਆ ਅਤੇ ਅੰਤਿਮ ਭਾਗ ਹੋ ਗਿਆ। ਮਨ ਦੇ ਵਿੱਚ ਇੱਕ ਪਲ ਲਈ ਸੋਚ ਲੈਣਾ ਹੈ ਕਿ ਅਸੀਂ ਭੂਮਿਕਾ 'ਚ ਕੀ ਲਿਖਣਾ, ਫਿਰ ਵਿਚਾਰ ਦੇਣੇ ਨੇ ਅਤੇ ਅਸੀਂ ਸਾਰਾਂਸ਼ ਦੇ ਵਿੱਚ ਕੀ ਕੁਛ ਲਿਖਾਂਗੇ। ਕਿਉਂਕਿ ਜੇ ਅਸੀਂ ਇੱਕ ਵਾਰ ਮਨ ਨੂੰ ਸਪਸ਼ਟ ਨਾ ਕਰੀਏ ਤਾਂ ਕਈ ਵਾਰ ਕਿਸੇ ਇੱਕ ਵਿਚਾਰ 'ਤੇ ਹੀ ਅਸੀਂ ਇੰਨਾ ਜ਼ਿਆਦਾ ਸਮਾਂ ਲਾ ਦਿੰਦੇ ਹਾਂ ਕਿ ਫਿਰ ਦੂਸਰੇ ਵਿਚਾਰ ਹੈ ਜਿਹੜੇ ਉਹ ਸਾਡੇ ਲਿਖਣੋਂ ਰਹਿ ਜਾਂਦੇ ਹੈ। ਜਾਂ ਕਈ ਵਾਰ ਸਾਨੂੰ ਇਉਂ ਲੱਗਦਾ ਕਿ ਸਾਡੇ ਮਨ ਦੇ ਵਿੱਚ ਇਹ ਬਹੁਤ ਵਧੀਆ ਵਿਚਾਰ ਆਇਆ ਅਤੇ ਉਹਦੀ ਅਸੀਂ ਬਹੁਤ ਜਿਹੜਾ ਬਿਆਨ ਹੈ ਉਹ ਸੰਕੋਚਨਾ ਜਿਹਾ ਹੀ ਕਰ ਦਿੰਦੇ ਹਾਂ, ਜਿਸ ਦੇ ਨਾਲ ਸਾਡਾ ਲੇਖ ਹੈ ਜਿਹੜਾ ਉਹ ਪ੍ਰਭਾਵਸ਼ਾਲੀ ਨਹੀਂ ਰਹਿੰਦਾ। ਤਾਂ ਇਸ ਲਈ ਜੋ ਮਨ ਦੇ ਵਿੱਚ ਸਾਡੇ ਵਿਚਾਰ ਆਉਂਦੇ ਹੈ ਜੇ ਲੇਖ ਲਿਖਣ ਤੋਂ ਪਹਿਲਾਂ ਉਹਨਾਂ ਦੀ ਤਰਤੀਬ ਬਣਾ ਲਈ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੈ। ਬੱਚਿਓ ਇਹ ਵੀ ਕੋਸ਼ਿਸ਼ ਕਰੋ ਕਿ ਤੁਸੀਂ ਇਹ ਜਿਹੜੇ ਲੰਬੇ ਸਵਾਲ ਨੇ ਜਿਵੇਂ ਲੇਖ ਰਚਨਾ ਹੈ ਉਹਨੂੰ ਤੁਸੀਂ ਅਖੀਰ 'ਤੇ ਕਰੋ ਤਾਂ ਜ਼ਿਆਦਾ ਵਧੀਆ ਹੁੰਦਾ ਪੇਪਰ ਦੇ ਵਿੱਚ, ਕਿਉਂਕਿ ਲੰਬਾ ਸਵਾਲ ਹੋਣ ਕਰਕੇ ਇਹਨੂੰ ਸਮਾਂ ਵੀ ਜ਼ਿਆਦਾ ਚਾਹੀਦਾ ਹੈ। ਅਤੇ ਕਈ ਵਾਰ ਫਿਰ ਜੇ ਅਸੀਂ ਲੋੜੋਂ ਵੱਧ ਸਮਾਂ ਦੇ ਦੇਈਏ ਤਾਂ ਸਾਨੂੰ ਮਨ ਦੇ ਵਿੱਚ ਇਹ ਵੀ ਕਾਹਲ ਰਹਿੰਦੀ ਹੈ, ਇਹ ਵੀ ਡਰ ਰਹਿੰਦਾ ਕਿ ਪ੍ਰੀਖਿਆ ਦੇ ਵਿੱਚ ਦੂਸਰੇ ਪ੍ਰਸ਼ਨ ਸਾਡੇ ਛੁੱਟ ਨਾ ਜਾਣ, ਕਿਉਂਕਿ ਇਹ ਤਾਂ ਸਾਡੇ ਵਿਚਾਰਾਂ 'ਤੇ ਆਧਾਰਿਤ ਹੈ ਨਾ ਕਿ ਸਾਡੇ ਵਿਚਾਰ ਕਿੰਨੇ ਕੁ ਜ਼ਿਆਦਾ ਕਿਸੇ ਵਿਸ਼ੇ ਨਾਲ ਸੰਬੰਧਿਤ ਸਾਡੇ ਕੋਲ, ਤਾਂ ਉਸ ਤਰ੍ਹਾਂ ਦੀ ਸਾਡੀ ਲੇਖ ਰਚਨਾ ਹੋਊਗੀ। ਤਾਂ ਸਾਡੀ ਲਿਖਤ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਲਿਖਤ ਸੁੰਦਰ ਹੋਵੇ, ਕਾਹਲ ਦੇ ਵਿੱਚ ਨਾ ਲਿਖੋ ਅਤੇ ਜ਼ਿਆਦਾ ਕਟਾਵੜੀ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਦੇ ਨਾਲ ਬਹੁਤਾ ਪ੍ਰਭਾਵ ਨਹੀਂ ਪੈਂਦਾ। ਤੁਸੀਂ ਵੱਧ ਤੋਂ ਵੱਧ ਵਿਸ਼ਰਾਮ ਚਿੰਨ੍ਹ ਹੈ ਜਿਹੜੇ ਉਹਨਾਂ ਦੀ ਵਰਤੋਂ ਕਰੋ, ਸ਼ਬਦ ਜੋੜਾਂ ਦੀਆਂ ਗਲਤੀਆਂ ਤੋਂ ਗੁਰੇਜ਼ ਕਰੋ। ਜੇ ਸਮਾਂ ਮਿਲੇ ਤਾਂ ਸਾਰਾ ਲੇਖ ਇੱਕ ਵਾਰ ਰਚਨਾ ਕਰਨ ਤੋਂ ਬਾਅਦ ਉਸਨੂੰ ਪੜ੍ਹ ਜ਼ਰੂਰ ਲਓ, ਕਿਉਂਕਿ ਬਹੁਤੀਆਂ ਗਲਤੀਆਂ ਅਸੀਂ ਆਪ ਹੀ ਸੋਧ ਲੈਂਦੇ ਹਾਂ। ਇੱਕ ਗੱਲ ਹੋਰ ਜ਼ਰੂਰ ਯਾਦ ਰੱਖਣੀ ਹੈ ਤੁਸੀਂ ਕਿ ਇਹ ਨਹੀਂ ਹੁੰਦਾ ਕਿ ਸਿਰਫ ਸਾਡਾ ਗਿਆਨ ਹੈ ਜਿਹੜਾ ਉਹ ਹੀ ਪ੍ਰਭਾਵ ਪਾਉਂਦਾ ਹੈ ਪੇਪਰ ਚੈੱਕ ਕਰਨ ਵਾਲੇ 'ਤੇ, ਸਗੋਂ ਸਾਡਾ ਜਿਹੜਾ ਵਿਸ਼ਾ ਵਸਤੂ ਹੈ ਉਹਦੇ ਨਾਲ ਅਸੀਂ ਕਿਸ ਤਰ੍ਹਾਂ ਦੀ ਬੋਲੀ ਦੀ ਵਰਤੋਂ ਕਰਦੇ ਹਾਂ, ਸਾਡੀ ਸ਼ੈਲੀ ਕਿਸ ਤਰ੍ਹਾਂ ਦੀ ਹੈ, ਇਹ ਸਾਰੀਆਂ ਗੱਲਾਂ ਮਿਲ ਕੇ ਪ੍ਰਭਾਵ ਪਾਉਂਦੀਆਂ ਨੇ ਅਤੇ ਕਿਸੇ ਵੀ ਲੇਖ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦੀਆਂ ਨੇ। ਅੱਜ ਅਸੀਂ ਬੱਚਿਓ
संचार दे साधन बारे पढ़ना है, इस विषय ते लेख रचना करनी है, तो इहदे लई जरूरी है कि सानू पहला पता होवे कि संचार हुंदा की है। संचार दा अर्थ है विचारां दा आदान प्रदान करना। जदों असी इह लेख रचना करनी शुरू करनी है तां पहला असी इह भाव है जिहड़ा उह स्पष्ट करना है कि संचार दा अर्थ है विचारां दा आदान प्रदान करना, अपने विचार नूं दूजियां तक लिखती रूप विच जां जुबानी पहुंचाउणा। हुण बेटा किसी वेले तां इह वी समां सीगा कि असी कोई संदेश भेजण वाला जां लागी जां कबूतर उन्हां तों इह कम लैंदे सी। हौली हौली चिट्ठी पत्तर है जिहड़े उह सहूलत साडे सामणे आई, पर समां बीतद्यां बीतद्यां संचार दे साधन है जिहड़े उन्हां ने इन्नी तरक्की कर ली, इन्नी तेजी दे नाल सुनेहे भेजे जांदे है कि हुण चिट्ठी पत्तर है जिहड़े उन्हां नूं तां लोक पसंद ही नहीं करदे। इन्ना किसे दे विच उड़ीकण दा साहस ही नहीं, इन्नी ज़्यादा देर लगती है चिट्ठी पत्र दे राही सुनेहा भेजण ते कि साडे विच इन्नी उड़ीक करन दी इह लोड़ भी नहीं रही, ते इस तरह की जिहड़ी है साडे विच काबलीयत भी नहीं रही। इस लई जिहड़ी डाक तार जिहड़ी उस समय पुराने समय मन्नी जांदी सी कि बड़ी छेती सुनेहे पहुँचा दिंदी है, ओहो भी 2013 तो बंद हो गई। भाव वो तेजी वाला साधन जिहड़ा मन्निया जांदा सी वह भी बंद हो गया, क्योंकि हुण तां उस तों भी ज़्यादा तेजी दे नाल असीं ये अपने सुनेहे दूसरियां तक पहुँचा सकते हैं। तो वह सुनेहे पहुँचाउण दा सब तो वड्डा साधन अजकल की है टैलीफोन। टैलीफोन ते इहदा बदलिया होया रूप गां होर भी आ गए, वो हैगे आ मोबाइल फोन, स्मार्टफोन, लैपटॉप, ये सारे आधुनिक संचार दे साधन है। अज दे समें दे विच इन्हां आधुनिक संचार दे साधना दी बहुत ही महत्ता है। इन्हां दा आधार विशेष तौर ते इंटरनेट है। अज सारे संसार दे विच असी सीधी गलबात कर सकते हैं, कोई भी जानकारी साडे कोल होवे असी किते भी पहुँचा सकते हैं। अज दे युग नूं असी इंटरनेट दा युग कहने हैं, क्योंकि यह नवियां ते बहुत ही हैरानीजनक तकनीकां है जिहड़ियां उह लैके आए है। कदे असी सोचिया भी नहीं सी कि इन्नी छेती इन्नी दूर बैठे व्यक्तियां तक असी अपने सुनेहे पहुँचा सकांगे। जिहड़े पुराने व्यक्ति है उन्हां नूं ते इह सारा कुछ इन्ना हैरानीजनक लगता है, तो यह तब्दीली है जिहड़ी सारी अज दा अति आधुनिक संचार दा साधन है जिहड़ा जिहदे विच इंटरनेट दी वरतों हुंदी है उहदे करके होई है। विज्ञान ने तरक्की बहुत कर ली है, ये तरक्की हजे होर भी जारी है, ते संचार दे साधन दे विच नित नवियां पुलांगां पट्टियां जा रहियां ने। तां इह सारा वीरवा बेटा जदों असी संचार दा साधन लेख लिखणा है तां उसदी भूमिका दे विच दे सकदे हैं, तां उहदे बारे इह साडी मुढली जानकारी होगी, ठीक है। उस तो बाद असी इहदा विचकारला भाग है जिहड़ा उहदे विच अपने विचारां नूं पेश करना है कि संचार दे साधना बारे की विचार है साडे। उहदे विच असी दस सकदे हैं कि अजोके समय विच सब तो वध हरमन प्यारा संचार दा साधन है जिहड़ा उह कंप्यूटर नैटवर्क जां इंटरनेट है। अज चिट्ठी पत्तर है जिहड़ा उहदे विच तेजी दे लई साडे कोल ईमेल भाव इलैक्ट्रॉनिक मेल है जां फैक्स है, इन्हां दी असी वरतों करदे हैं। ईमेल राही कंप्यूटर ते सुनेहे टाइप किते जांदे है ते उह उसे पल दूसरी धिर दे कंप्यूटर ते पहुँच जांदे है। एवें फैक्स राही भी असी समगरी है जिहड़ी हूबहू प्रिंट करके दूसरी धिर तक आसानी नाल पहुँचा सकदे हैं। वैबसाइट राही किसी भी किस्म की जानकारी समुची दुनिया तक पहुँचाई जा सकती है। अज कल सारा दफ्तरी काम ऑनलाइन हो गया है ना। हुण ये तुहानू सारयां नू पता है कि इंटरनेट है जिहड़ा उसने साडी जिंदगी
ਕਿੰਨੀ ਸੌਖੀ ਕਰਤੀ। ਤਾਂ ਉਹਦੇ ਲਈ ਸਭ ਤੋਂ ਵਧੀਆ ਉਦਾਹਰਨ ਹੈ ਜਿਹੜੀ ਉਹ ਅੱਜ ਕੱਲ੍ਹ ਸਾਡੀ ਔਨਲਾਈਨ ਸਿੱਖਿਆ। ਕਿੱਥੇ ਕਿੱਥੇ ਅਸੀਂ ਪੰਜਾਬ ਦੇ ਕਿੰਨਾ ਕਿੰਨਾ ਪਿੰਡਾਂ ਦੇ ਵਿੱਚ ਬੈਠੇ ਹੈ, ਕਿੱਥੋਂ ਤੱਕ ਅਧਿਆਪਕ ਹੈ ਜਿਹੜੇ ਉਹ ਆਪਣੀ ਸਿੱਖਿਆ ਘਰ ਬੈਠੇ ਪਹੁੰਚਾ ਰਹੇ ਹੈ। ਤੁਸੀਂ ਆਪਣੀ ਉਹਨਾਂ ਤੋਂ ਸਿੱਖਿਆ ਜਿਹੜੀ ਘਰ ਬੈਠੇ ਗ੍ਰਹਿਣ ਕਰ ਰਹੇ ਹੋ। ਅਸੀਂ ਇਹ ਸਮਾਂ ਜਿਹੜਾ ਉਹ ਅਜ਼ਾਈ ਨਹੀਂ ਗਵਾ ਰਹੇ, ਸਗੋਂ ਇਸ ਸਮੇਂ ਦਾ ਅਸੀਂ ਸਦਉਪਯੋਗ ਕਰ ਰਹੇ ਹਾਂ। ਤਾਂ ਇਹ ਬੇਟਾ ਇੰਟਰਨੈਟ ਕਰਕੇ ਹੀ ਸੰਭਵ ਹੈ ਕਿ ਅਧਿਆਪਕਾਂ ਦੇ ਸੁਨੇਹੇ ਤੁਹਾਡੇ ਤੱਕ ਜਾ ਰਹੇ ਨੇ, ਤੁਹਾਡੀਆਂ ਸਮੱਸਿਆਵਾਂ ਉਹਨਾਂ ਤੱਕ ਪਹੁੰਚ ਰਹੀਆਂ ਨੇ, ਫਿਰ ਸਮੱਸਿਆਵਾਂ ਦੇ ਸਮਾਧਾਨ ਤੁਹਾਡੇ ਤੱਕ ਪਹੁੰਚ ਰਹੇ ਨੇ। ਤਾਂ ਹੈਰਾਨੀ ਦੀ ਗੱਲ ਹੈ ਬੇਟਾ, ਜਦੋਂ ਇੰਟਰਨੈਟ ਦੀਆਂ ਸਾਰੀਆਂ ਸਹੂਲਤਾਂ ਹੈ ਜਿਹੜੀਆਂ ਉਹ ਸਾਨੂੰ ਨਿੱਕੇ ਜਿਹੇ ਮੋਬਾਈਲ ਫੋਨ ਤੋਂ ਹੀ ਮਿਲ ਜਾਂਦੀਆਂ। ਹੁਣ ਮੋਬਾਈਲ ਦੇ ਆਉਣ ਦੇ ਨਾਲ ਇੰਟਰਨੈਟ ਦੀ ਵਰਤੋਂ ਆਮ ਹੋ ਗਈ। ਇੰਟਰਨੈਟ ਦੀ ਵੱਧ ਰਹੀ ਵਰਤੋਂ ਨੇ ਫੇਸਬੁੱਕ, ਟਵਿੱਟਰ, ਵਟਸਐਪ, ਇਸ ਤਰ੍ਹਾਂ ਦੀਆਂ ਸੋਸ਼ਲ ਸਾਈਟਾਂ ਹੈ ਜਿਹੜੀਆਂ ਉਹਨਾਂ ਨੂੰ ਵੀ ਲਗਭਗ ਜ਼ਰੂਰੀ ਬਣਾਤਾ। ਕਿਉਂਕਿ ਅਸੀਂ ਤੁਹਾਨੂੰ ਕਹਿੰਦੇ ਹੀ ਰਹਿੰਦੇ ਹਾਂ ਕਿ ਬੇਟਾ ਇਹਨਾਂ ਮੁਕਾਬਲਿਆਂ ਦੇ ਵਿੱਚ ਭਾਗ ਲਓ, ਇਹ ਅਸੀਂ ਤੁਹਾਡੇ ਫੇਸਬੁੱਕ ਅਤੇ ਵਟਸਐਪ ਦੇ ਰਾਹੀਂ ਪਾਵਾਂਗੇ ਇਹ ਤੁਹਾਡੇ ਮੁਕਾਬਲੇ ਜਿਹੜੇ ਲਏ ਹੋਏ ਤੁਸੀਂ ਆਪਣੇ ਭਾਸ਼ਣ ਨੇ ਜਾਂ ਗੀਤ ਨੇ। ਤਾਂ ਵੱਖੋ ਵੱਖਰੇ ਐਪਸ ਦੇ ਰਾਹੀਂ ਤੁਹਾਨੂੰ ਸਾਰਾ ਸਿਲੇਬਸ ਹੈ ਜਿਹੜਾ ਉਹ ਘਰ ਬੈਠਿਆਂ ਨੂੰ ਮੁਹੱਈਆ ਕੀਤਾ ਜਾ ਰਿਹਾ। ਤਾਂ ਇਹੋ ਜਿਹੀਆਂ ਕਈ ਸਾਈਟਾਂ ਹੈ ਜਿਨ੍ਹਾਂ ਦੇ ਰਾਹੀਂ ਕੋਈ ਤਸਵੀਰ, ਆਡੀਓ, ਵੀਡੀਓ, ਡਾਟਾ ਅਸੀਂ ਆਸਾਨੀ ਦੇ ਨਾਲ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਭੇਜ ਸਕਦੇ ਹਾਂ। ਅਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੀ ਸਹੂਲਤ ਸੱਚਮੁੱਚ ਹੀ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਪਹਿਲਾਂ ਤਾਂ ਅਸੀਂ ਸੋਚਦੇ ਸੀ ਕਿ ਵਪਾਰ ਦੇ ਲਈ ਇਹਨਾਂ ਦੀ ਸਾਈਟਾਂ ਦੀ ਸਭ ਤੋਂ ਜ਼ਿਆਦਾ ਯੋਗਦਾਨ ਹੈ ਜਾਂ ਸਭ ਤੋਂ ਜ਼ਿਆਦਾ ਇਹਨਾਂ ਦਾ ਮਹੱਤਵਪੂਰਨ ਹਿੱਸਾ ਹੈ। ਪਰ ਪਿਛਲੇ ਕੁਝ ਸਮੇਂ ਦੇ ਦੌਰਾਨ ਅਸੀਂ ਇਹ ਦੇਖਿਆ ਕਿ ਸਿਰਫ ਵਪਾਰ ਜਾਂ ਕਿਸੇ ਹੋਰ ਕੰਮ ਦੇ ਵਿੱਚ ਹੀ ਨਹੀਂ, ਬਲਕਿ ਸਿੱਖਿਆ ਪ੍ਰਦਾਨ ਕਰਨ ਦੇ ਲਈ ਵੀ ਇੰਟਰਨੈੱਟ ਹੈ ਜਿਹੜਾ ਉਸ ਦੀ ਸਹੂਲਤ ਸੱਚਮੁੱਚ ਹੀ ਲਾਜਵਾਬ ਹੈ। ਤਾਂ ਅਸੀਂ ਘਰ ਬੈਠੇ ਇੰਨੀ ਸੋਹਣੀ ਤਰ੍ਹਾਂ ਦੇ ਨਾਲ ਸਿੱਖਿਆ ਜਿਹੜੀ ਉਹ ਪ੍ਰਾਪਤ ਕਰ ਰਹੇ ਹਾਂ। ਲੈ ਜਿੰਨੇ ਵੀ ਸਾਡੇ ਪਾਠ ਹੈ ਉਹਨਾਂ ਨੂੰ ਅਸੀਂ ਸੁਣ ਵੀ ਰਹੇ ਹਾਂ, ਉਹਨਾਂ ਨੂੰ ਅਸੀਂ ਸਾਹਮਣੇ ਅਧਿਆਪਕ ਦੀ ਤਸਵੀਰ ਦੇਖ ਕੇ ਸਮਝ ਵੀ ਰਹੇ ਹਾਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਨਾਲ ਅਸੀਂ ਜਮਾਤ ਦੇ ਵਿੱਚ ਕਰਦੇ ਸੀ। ਤਾਂ ਇਸ ਲਈ ਬੇਟਾ ਇਹ ਸੰਚਾਰ ਦੇ ਸਾਧਨ ਹੈ ਜਿਹੜੇ ਇਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਾਰਥਕ ਤਬਦੀਲੀ ਲੈ ਕੇ ਆਉਂਦੀ ਹੈ। ਸਮੇਂ ਦਾ ਅਸੀਂ ਬਹੁਤ ਹੀ ਵਧੀਆ ਉਪਯੋਗ ਕਰਨਾ ਸਿੱਖ ਗਏ ਹਾਂ। ਤਾਂ ਇਹ ਸੰਚਾਰ ਦੇ ਸਾਧਨਾਂ ਦਾ ਇੱਕ ਪੱਖ ਹੈ। ਦੂਸਰਾ ਪੱਖ ਹੈ ਜਿਹੜਾ ਉਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਅਤੇ ਤੁਸੀਂ ਲੇਖ ਰਚਨਾ ਦੇ ਵਿੱਚ ਲਿਖਣਾ ਵੀ ਜ਼ਰੂਰ ਹੈ ਅਤੇ ਇਹਨੂੰ ਧਿਆਨ ਨਾਲ ਵੀ ਸੁਣਨਾ। ਆਪਣੀ ਜ਼ਿੰਦਗੀ ਹੈ ਜਿਹੜੀ ਉਸ ਦੇ ਵਿੱਚ ਬੇਟਾ ਇਹਨੂੰ ਟਿਕਾਉਣਾ ਵੀ ਹੈ, ਇਹਦੇ ਤੋਂ ਸਿੱਖਿਆ ਵੀ ਲੈਣੀ ਹੈ। ਤਾਂ ਇਹ ਬਹੁਤ ਹੀ ਜ਼ਰੂਰੀ ਹਿੱਸਾ ਹੈ ਲੇਖ ਦਾ ਕਿ ਇਹਨਾਂ ਸਾਈਟਾਂ ਦੀ ਦੁਰਵਰਤੋਂ ਹੈ ਜਿਹੜੀ ਉਹ ਵੀ ਸ਼ੁਰੂ ਹੋ ਗਈ ਹੈ, ਜਿਹੜੀ ਬਹੁਤ ਹੀ ਖਤਰਨਾਕ ਹੈ। ਇਹ ਸਾਡੇ ਸਾਰੇ ਸਮਾਜ ਨੂੰ ਗੰਧਲਾ ਕਰ ਰਹੀ ਹੈ। ਨੌਜਵਾਨ ਸਾਡੇ ਕੁਰਾਹੇ ਪੈ ਰਹੇ ਨੇ, ਜ਼ੁਰਮ ਵੱਧ ਰਿਹਾ, ਭ੍ਰਿਸ਼ਟਾਬਾਜੀ, ਧੋਖੇਬਾਜੀ ਅਤੇ ਠੱਗਬਾਜੀ ਦੇ ਨਵੇਂ ਨਵੇਂ ਢੰਗ ਹੈ ਜਿਹੜੇ ਇਸ ਸਾਧਨ ਰਾਹੀਂ ਲੱਭੇ ਜਾ ਰਹੇ ਹੈ, ਜਿਸ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ। ਕਈ ਲੋਕ ਗਲਤ, ਨਿੰਦਣਯੋਗ ਅਤੇ ਅਸ਼ਲੀਲ ਸਮੱਗਰੀ ਅਪਲੋਡ ਕਰਕੇ ਸਮਾਜ ਦੀ ਨਵੀਂ ਪਨੀਰੀ ਦੀਆਂ ਜੜ੍ਹਾਂ ਖੋਖਲੀਆਂ ਕਰਨ 'ਤੇ ਲੱਗੇ ਹੋਏ ਨੇ। ਸੱਚ ਦਾ ਪਰਦਾ ਤਾਣ ਕੇ ਝੂਠ, ਬੇਈਮਾਨੀ ਅਤੇ ਠੱਗੀ ਦਾ ਵਪਾਰ ਕੀਤਾ ਜਾ ਰਿਹਾ ਹੈ। ਅਤੇ ਜਿਹੜਾ ਸਾਡਾ ਅੱਜ ਦਾ ਨੌਜਵਾਨ ਹੈ ਉਹ ਇਹਨਾਂ ਸਾਈਟਾਂ ਦੇ ਚੁੰਗਲ ਵਿੱਚ ਫਸ ਕੇ ਆਪਦੇ ਸਮਾਜ, ਆਪਦੇ ਰਿਸ਼ਤੇਦਾਰਾਂ ਤੋਂ ਟੁੱਟ ਗਿਆ। ਸਾਰਾ ਦਿਨ ਉਸਦਾ ਜ਼ਿਆਦਾ ਸਮਾਂ ਹੈ ਜਿਹੜਾ ਉਹ ਇਹਨਾਂ ਸਾਧਨਾਂ ਦੇ ਨਾਲ, ਕੰਪਿਊਟਰ, ਇੰਟਰਨੈੱਟ, ਮੋਬਾਈਲ ਦੇ ਨਾਲ ਹੀ ਜ਼ਿਆਦਾ ਸਮਾਂ ਲੰਘਦਾ। ਉਹਦਾ ਸੁਭਾਅ ਵੀ ਚਿੜਚਿੜਾ ਹੋ ਗਿਆ ਅਤੇ ਸਮਾਜ ਦੇ ਵਿੱਚ ਜ਼ੁਰਮ ਹੈ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਗਏ। ਰਿਸ਼ਤਿਆਂ ਦੇ ਵਿੱਚੋਂ ਨਿੱਘ, ਪਵਿੱਤਰਤਾ, ਮਿਠਾਸ ਖਤਮ ਹੋ ਗਈ, ਸਗੋਂ ਉਹਨਾਂ ਦੇ ਵਿੱਚ ਸਵਾਰਥੀਪਣ ਅਤੇ
कौड़ाहट आ गई, कुड़त्तण आ गई। तो बेटा यही असी लेख दे विच तां लिखना ही है, पक्ष इनू समझना भी बहुत जरूरी है। कई बार असी पढ़ाई दे लई मोबाइल नू कोल रखते हैं, इंटरनेट की वरतों करते हैं, पर इहदे विच इन्ना कुछ है जो सानू जबरदस्ती साडे सामने परोसिया जांदा है, तां साडा मन है जिहड़ा उहदे वल आकर्षित हुंदा है। तां असी कई बार इह सोचदे हां कि पढ़ बाद च लवांगे, पहलां आ देख लईए आ देख लईए, पर उस चीज का बेटा कोई भी अंत नहीं। एक तो बाद दूजी, दूजी तो बाद तीजी, तो साढ़े घंटे उहदे ते बर्बाद हो जाते हैं, तो साड़ी पढ़ाई लिखाई है जिहड़ी उह भी विच ही रह जाती है। माँ प्यो नूं इउं लगदा है कि साढ़े बच्चे है जिहड़े उह मेहनत कर रहे हैं, पढ़ रहे हैं, ये बहुत ही बुरी गल है। इस चीज तो असी सारियां ने गुरेज करना है, क्योंकि बेटा समाज दे विच आसे पासे हर तरह दीआं चीज़ां सानू मिलनगीआं। ये असी ही निर्धारित करना है कि साढ़े लिए की चंगा है ते की माड़ा है। माँ बाप हमेशा साढ़े आसे पासे नहीं रह सकते, उन्होंने अपने काम धंधे भी करने हैं, ते असी आप आपदी सियाणप ते सूझ बूझ की वरतों करते हुए हमेशा पढ़ाई दे लई, ज्ञान प्राप्ति दे लई इंटरनेट मोबाइल दी जां कंप्यूटर दी वरतों करनी है। ये नहीं कि असी इस दे राही समाज दे विच जुर्म है जड़ा उस दे विच वादा करिए, जां बहुत सारियां जड़ियां गेम्स ने उहो अजकल बहुत प्रचलित ने जड़ियां विद्यार्थियां दी जान तक लै लैंदियां ने। तां इस तरह दीआं खेडां तों असी गुरेज करना है। जे असी पढ़दे पढ़दे थक गए ਤਾਂ ਅਸੀਂ ਤਾਜ਼ਗੀ ਦੇ ਲਈ ਬਾਹਰ ਨਿਕਲ ਕੇ ਆਪਣੇ ਕਮਰੇ ਦੇ ਵਿੱਚੋਂ ਆਪਣੇ ਮਾਂ ਬਾਪ ਦੇ ਨਾਲ ਹੱਥ ਵਟਾ ਸਕਦੇ ਹਾਂ, ਤਾਂ ਉਸ ਦੇ ਨਾਲ ਅਸੀਂ ਤਾਜ਼ਾ ਹੋ ਜਾਵਾਂਗੇ, ਨਾਲੇ ਉਹਨਾਂ ਦੀ ਮਦਦ ਹੋ ਜਾਊਗੀ, ਫਿਰ ਅਸੀਂ ਆਪਣੇ ਪੜ੍ਹਨ ਦੇ ਵਿੱਚ ਲੱਗ ਜਾਣਾ। ਤਾਂ ਇਹ ਬੇਟਾ ਸੰਚਾਰ ਦੇ ਸਾਧਨਾਂ ਦੇ ਦੋ ਪੱਖ ਸੀ ਜਿਹੜੇ ਅਸੀਂ ਲੇਖ ਦੇ ਮੱਧ ਭਾਗ ਦੇ ਵਿੱਚ ਵਰਣਨ ਕਰਨੇ ਹੈ। ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਉਹਦੇ ਲਾਭ ਵੀ ਦੱਸਣੇ ਹੈ ਤੇ ਫਿਰ ਉਹਦੀਆਂ ਹਾਨੀਆਂ ਵੀ ਦੱਸਣੀਆਂ ਨੇ। ਪਰ ਸਾਡਾ ਤੀਸਰਾ ਭਾਗ ਲੇਖ ਦਾ ਸਾਰ ਅੰਸ਼ ਹੈ ਜਿਹੜਾ ਉਹ ਹਜੇ ਵੀ ਬਾਕੀ ਹੈ। ਸਾਰ ਅੰਸ਼ ਦੇ ਵਿੱਚ ਹੁਣ ਤੁਸੀਂ ਇਹਨਾਂ ਦੋਨਾਂ ਪੱਖਾਂ ਬਾਰੇ ਜਾਣ ਲਿਆ, ਤਾਂ ਦੋਨਾਂ ਪੱਖਾਂ ਬਾਰੇ ਜਾਣਦੇ ਹੋਏ ਆਪਣੇ ਵਿਚਾਰ ਦੱਸਣੇ ਆ। ਜਿਵੇਂ ਸੰਚਾਰ ਦੇ ਸਾਧਨਾਂ ਦੇ ਖੇਤਰ 'ਚ ਭਾਵੇਂ ਬਹੁਤ ਹੀ ਤੇਜ਼ੀ ਆ ਗਈ, ਪਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਪਹਿਲਾਂ ਆਪਣੀ ਸੋਚ ਨੂੰ ਵਿਕਸਿਤ ਕਰੀਏ, ਤਾਂ ਹੀ ਸਾਡੇ ਇਹ ਜਿਹੜੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਹੈ, ਲਾਭ ਜਾਂ ਫਾਇਦਾ ਇਸ ਵਿਕਾਸ ਦਾ ਤਾਂ ਹੀ ਹੋਊਗਾ। ਇਕੱਲੀ ਟੈਕਨੋਲੋਜੀ ਦੇ ਵਿਕਸਿਤ ਹੋਣ ਨਾਲ ਅਸੀਂ ਨਹੀਂ ਕਹਿ ਸਕਦੇ ਕਿ ਸਾਡਾ ਸਮਾਜ ਹੈ ਜਿਹੜਾ ਉਹ ਵਿਕਸਿਤ ਹੋ ਗਿਆ। ਉਹਦੀ ਵਰਤੋਂ ਤਾਂ ਅਸੀਂ ਜ਼ਿਆਦਾ ਕਰਨੀ ਹੈ, ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੇ। ਇਸ ਲਈ ਜੇਕਰ ਅਸੀਂ ਇਹਦੀ ਵਰਤੋਂ ਕਰਨ ਦੀ ਥਾਂ 'ਤੇ ਦੁਰਵਰਤੋਂ ਕਰਾਂਗੇ ਤਾਂ ਫਿਰ ਤਾਂ ਵਿਕਾਸ ਨਹੀਂ ਹੋਣਾ, ਸਗੋਂ ਵਿਕਾਸ ਦੀ ਥਾਂ 'ਤੇ ਵਿਨਾਸ਼ ਹੀ ਹੋਊਗਾ। ਇਸ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਕਿ ਉਹ ਸੰਚਾਰ ਦੇ ਇਹਨਾਂ ਸਾਧਨਾਂ ਦੀ ਵਰਤੋਂ ਉੱਥੇ ਹੀ ਕਰਨ ਜਿੱਥੇ ਉਹਨਾਂ ਨੂੰ ਲੋੜ ਹੈ, ਜਾਂ ਜਿੱਥੇ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੁੰਦਾ, ਜਾਂ ਜ਼ਿੰਦਗੀ ਹੈ ਜਿਹੜੀ ਉਸਨੂੰ ਉੱਚਾ ਲਿਜਾਣ ਦੇ ਵਿੱਚ ਇਹ ਮਦਦ ਕਰਦੇ ਹੈ, ਨਾ ਕਿ ਅਜਿਹੇ ਥਾਵਾਂ 'ਤੇ ਇਸ ਦੀ ਸੰਚਾਰ ਦੇ ਸਾਧਨਾਂ ਦੀ ਵਰਤੋਂ ਹੋਵੇ ਜਿਸ ਦੇ ਨਾਲ ਉਹਨਾਂ ਦੀ ਸੋਚ ਅਤੇ ਉਹਨਾਂ ਦਾ ਸੁਭਾਅ ਹੈ ਜਿਹੜਾ ਉਹ ਬਿਲਕੁਲ ਤਬਦੀਲ ਹੋ ਜਾਵੇ, ਉਹਨਾਂ ਦੇ ਆਪਣੇ ਘਰ ਪਰਿਵਾਰ ਰਿਸ਼ਤੇ ਨਾਤੇ ਹੈ ਜਿਹੜੇ ਉਹਨਾਂ ਤੋਂ ਇੱਕ ਦੂਰੀ ਬਣ ਜਾਵੇ। ਕਿਉਂਕਿ ਜਦੋਂ ਅਸੀਂ ਜ਼ਿੰਦਗੀ ਜਿਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਰਿਸ਼ਤੇ ਹੈ ਉਹ ਸਾਡੇ ਕੰਮ ਆਉਂਦੇ ਹੈ। ਕੋਈ ਵੀ ਮੁਸੀਬਤ ਪੈਣ 'ਤੇ ਸਾਡੇ ਰਿਸ਼ਤੇਦਾਰ, ਸਾਡੇ ਮਾਂ ਪਿਓ, ਸਾਡੇ ਭੈਣ ਭਰਾ ਸਾਡੀ ਮਦਦ ਦੇ ਲਈ ਅੱਗੇ ਆਉਂਦੇ ਹੈ। ਉਸ ਸਮੇਂ ਇਹ ਜਿਹੜੇ ਅਸੀਂ ਸੰਚਾਰ ਦੇ ਸਾਧਨਾਂ ਦੇ ਨਾਲ ਇੰਨਾ ਸਮਾਂ ਬਤੀਤ ਕਰਦੇ ਹਾਂ ਜਾਂ ਇਹਨਾਂ ਦੀ ਦੁਰਵਰਤੋਂ ਕਰਦੇ ਹਾਂ, ਉਹ ਕੋਈ ਵੀ ਪੱਖ ਹੈ ਜਿਹੜਾ ਉਹ ਸਾਡੀ ਮਦਦ ਨਹੀਂ ਕਰਦਾ। ਤਾਂ ਇਸ ਲਈ ਆਓ ਅਸੀਂ ਸਾਰੇ ਮਿਲ ਜੁਲ ਕੇ ਇਹਨਾਂ ਸੰਚਾਰ ਦੇ ਸਾਧਨਾਂ ਦੀ ਚੰਗੀ ਵਰਤੋਂ ਕਰੀਏ। ਸਾਇੰਸ ਨੇ ਜਿਹੜੀ ਇੰਨੀ ਜ਼ਿਆਦਾ ਵਿਗਿਆਨ ਨੇ ਤਰੱਕੀ ਕੀਤੀ ਹੈ, ਉਸ ਦਾ ਅਸੀਂ ਆਨੰਦ ਲਈਏ, ਉਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਅਸੀਂ ਸੌਖਾ ਬਣਾਈਏ, ਨਾ ਕਿ ਅਸੀਂ ਆਪਣੇ ਆਉਣ ਵਾਲਾ ਜਿਹੜਾ ਸਾਡਾ ਕੱਲ੍ਹ ਹੈ ਜਾਂ ਸਾਡਾ ਭਵਿੱਖ ਹੈ
ਉਹਨੂੰ ਅਸੀਂ ਇੱਕ ਕਦੇ ਨਾ ਖਤਮ ਹੋਣ ਵਾਲੇ ਹਨੇਰੇ ਵੱਲ ਲੈ ਜਾਈਏ।